ਖੜੇ ਕਰਦੀਆਂ ਕਮੇਟੀ ਮੈਂਬਰਾਂ ਪੁਲਿਸ ਅਤੇ ਲੋਕਾਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ। ਦਰਅਸਲ ਪ੍ਰਸ਼ਾਸਨ ਵੱਲੋਂ ਉਸ ਇਲਾਕੇ ਨੂੰ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਜਿੱਥੇ ਲੋਕ ਰਹਿੰਦੇ ਨੇ, ਅਤੇ ਪੁਲਿਸ ਕੂੜੇ ਦਾ ਡੰਪ ਬਣਾਉਣ ਲਈ ਜ਼ਮੀਨ ਨੂੰ ਖਾਲੀ ਕਰਵਾਉਣ ਆਈ ਸੀ, ਜਿਸ ਦੌਰਾਨ ਪੁਲਿਸ ਅਤੇ ਲੋਕਾਂ ਦੇ ਵਿਚਕਾਰ ਜੰਮ ਕੇ ਬਹਿਸਬਾਜ਼ੀ ਹੋਈ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਕਸਬਾ ਹਾਜ਼ੀਪੁਰ ਤੋਂ ਸਾਹਮਣੇ ਆਈਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਸ ਇਲਾਕੇ ਨੂੰ ਡੰਪ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਲੋਕ ਰਹਿੰਦੇ ਨੇ, ਪਰ ਉਹ ਆਪਣੇ ਇਲਾਕੇ ਨੂੰ ਡੰਪ ਨਹੀਂ ਬਣਨ ਦੇਣਗੇ, ਕਿਉਂਕਿ ਜੇ ਅਜਿਹਾ ਹੋਇਆ ਤਾਂ ਉਹਨਾਂ ਨੂੰ ਪਰੇਸ਼ਾਨੀਆਂ ਆਉਣਗੀਆਂ, ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਵੇਗੀ, ਬਿਮਾਰੀਆਂ ਵੀ ਲੱਗ ਸਕਦੀਆਂ ਨੇ। ਨੇੜੇ ਹੀ ਮੰਦਿਰ ਹੈ ਤੇ ਸਕੂਲ ਵੀ ਹੈ, ਜਿਸ ਕਾਰਨ ਲੋਕਾਂ ਨੂੰ ਪੂਜਾ ਪਾਠ ਅਤੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਦਿੱਕਤ ਹੋਵੇਗੀ। ਇੱਥੋਂ ਤੱਕ ਇਸ ਸੰਬੰਧੀ ਨਾ ਤਾਂ ਉਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਕੋਈ ਨੋਟਿਸ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ, ਅਤੇ ਅਚਾਨਕ ਹੀ ਜੇਬੀਸੀ ਲੈ ਕੇ ਪ੍ਰਸ਼ਾਸਨ ਇੱਥੇ ਪਹੁੰਚ ਜਾਂਦਾ ਹੈ, ਜਿਸ ਕਾਰਨ ਉਹਨਾਂ ਵੱਲੋਂ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਅਤੇ ਮਹਿਲਾਵਾਂ ਦੇ ਵਿਚਕਾਰ ਹੱਥੋਂ ਪਾਈ ਵੀ ਹੋਈ। ਲੋਕਾਂ ਦਾ ਕਹਿਣਾ ਕਿ ਜੇਕਰ ਪ੍ਰਸ਼ਾਸਨ ਨੇ ਜ਼ਬਰਦਸਤੀ ਇੱਥੇ ਕੂੜੇ ਦਾ ਡੰਪ ਬਣਵਾਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਸਮੱਸਿਆ ਸੰਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕੋਈ ਵੀ ਕੈਮਰੇ ਦੇ ਸਾਹਮਣੇ ਨਹੀਂ ਆਇਆ। ਇੱਥੇ ਭਾਜੀ ਕੂੜਾ ਡੰਪ ਬਣਾਉਣ ਲੱਗਿਆ ਪੂਰੇ ਸ਼ਹਿਰ ਦਾ, ਸਾਨੂੰ ਨਹੀਂ ਪਤਾ, ਕਮੇਟੀ ਵਾਲੇ ਹੈ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ, ਮਤਲਬ ਜੋ ਵੀ ਕਿਰਾਏ ਦੇ ਆ ਚੁੱਪਕੇ ਚੁੱਪਕੇ, ਮਤਲਬ ਅੰਦਰ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਨੂੰ ਲਾਗੇ ਦੋ ਸਕੂਲ ਹੈ, ਆਹ ਦੇਖ ਲਓ 20 ਮੀਟਰ 'ਚ ਹੈ, 10 ਮੀਟਰ 'ਚ ਮੰਦਰ, ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਹੈ। ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ, ਸਾਨੂੰ ਕਿਆ ਇਹਦੀ ਪ੍ਰੋਬਲਮ ਹੈ। ਦੇਖੋ ਵੈਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਆਉਣਾ, ਤਾਂ ਇੱਥੇ ਕਿੰਨੀਆਂ ਸਾਨੂੂੰ ਪ੍ਰੋਬਲਮ ਆਉਣਗੀਆਂ। ਕੀ ਲੱਗਦਾ ਤੁਹਾਨੂੰ ਧੱਕਾ ਕੀਤਾ ਜਾ ਰਿਹਾ? ਹਾਂਜੀ ਧੱਕਾ, ਬਿਲਕੁਲ ਧੱਕਾ, ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ। ਤੁਸੀਂ ਕੀ ਮੰਗ ਕਰਦੇ ਹੋ? ਤੁਸੀਂ ਆਹੀ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ, ਕੁਛ ਵੀ ਹੋ ਜੇ ਜੇਕਰ ਤੁਹਾਡੇ ਨਾਮ ਮੰਨੇ ਗਏ ਫਿਰ ਕੀ ਤੁਸੀਂ ਅਗਲੀ ਕਾ ਤਿਆਰੀ ਕਰੋ? ਅੱਗੇ ਫਿਰ ਅਸੀਂ ਧਰਨੇ ਦੇਵਾਂਗੇ, ਇੱਥੇ ਬਣਨ ਨਹੀਂ ਦੇਣਾ, ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ। ਸਰ ਸਾਡੇ ਨਾਲ ਧੱਕਾ ਸ਼ਾਹੀ ਕਰ ਰਹੇ ਆ, ਪੁਲਿਸ ਵਾਲੇ ਵੀ ਸਾਰੇ ਕਰਨ ਦੇ ਰਹੇ ਆ, ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ। ਇੱਥੇ ਇੱਕ ਸਕੂਲ ਔਰ ਮੰਦਰ ਵੀ ਲਾਗੇ ਲਾਗੇ ਦੱਸਿਆ, ਮੰਦਰ ਵੀ ਹੈਗਾ ਆ, 10 ਮੀਟਰ ਦੇ ਮੰਦਰ ਹੈਗਾ, 20 ਮੀਟਰ ਦੇ ਸਕੂਲ ਹੈਗਾ, ਤੇ ਕੋਲ ਮਹੱਲਾ ਪੈ ਗਿਆ, ਪਰ ਅਸੀਂ ਡੈਂਪ ਨਹੀਂ ਬਣਨ ਦੇਣਾ, ਅਸੀਂ ਕੁਛ ਨਹੀਂ ਬਣਨ ਦੇਣਾ, ਨਾ ਇੱਥੇ ਕੂੜਾਦਾਨ, ਕੁਛ ਨਹੀਂ ਬਣਨ ਦੇਣਾ ਹੈਗਾ। ਸਰ ਅੱਜ ਸਰ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਛ ਦੱਸਿਆ ਨਹੀਂ ਗਿਆ ਸੀ ਪਹਿਲੇ, ਇਹ ਕਬਜ਼ਾ ਲੈ ਰਹੇ ਸੀਗੇ ਕੋਈ ਜਗ੍ਹਾ, ਕਹਿੰਦੇ ਢੇਰ ਬਣਾਉਣਾ। ਪਹਿਲੇ ਗੱਲ ਸਰ ਕਿਤੇ ਵੀ ਸੰਸਥਾ ਮੰਦਰ ਦੇ ਲਾਗੇ 700 ਦਾਇਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਣ ਹੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ, ਮਗਰ 200 ਮੀਟਰ ਦੇ ਦਾਇਰੇ ਵਿੱਚ ਨਾਲ ਹੀ ਸਰ ਸਕੂਲ ਹੈ, ਅਤੇ ਇਹੀ ਜਿਹਾ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ, ਉੱਥੇ ਕੋਈ ਬਣਨ ਨਹੀਂ ਦਿੰਦਾ। ਮਤਲਬ ਕਿ ਇਹ ਕਿ ਸਨਾਤਨ ਧਰਮ ਵਿੱਚ ਸਾਡੀ ਕੋਈ ਰੱਖਿਆ ਨਹੀਂ, ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ, ਜਾਂ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲਗੀ ਦੇ ਵਿੱਚ ਲੋਕ ਬੈਠੇ ਆ, ਵਸੇ ਪਏ ਆ, ਇਹਨਾਂ ਨੂੰ ਅੱਧਾ ਪੋਲੀਟੀਸ਼ਨ ਦਬਾਅ ਹੈ, ਅੱਧਾ ਜਿਹੜੀ ਇਹਨਾਂ ਕਮੇਟੀ ਬਣੀ ਵੈਲਫੇਅਰ ਸਟੀ ਉਹ ਇਹਨਾਂ ਦਬਾਅ ਪਾ ਰਹੀ ਹੈ ਕੂੜਾ ਬਣਾਉਣਾ। ਸਾਨੂੰ ਕੁਛ ਕਹਿੰਦੇ ਆ, ਅਸੀਂ ਵੀਡੀਓ ਦਫ਼ਤਰ ਗਏ ਸੀਗੇ, ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ, 2 ਵਾਰੀ ਸਾਨੂੰ ਸੱਦਿਆ, ਇਹਨਾਂ 3 ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ, ਅਤੇ ਜੋ ਸਾਨੂੰ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ 4 ਨੂੰ ਆਪਾਂ ਗਏ, ਇਹਨਾਂ ਨੇ ਉਹ ਵੇਰਵਾ ਵਿੱਚ ਨਹੀਂ ਲਿਖਿਆ, ਉਹ ਤੋਂ ਬਾਅਦ ਇਹਨਾਂ ਨਿਸ਼ਾਨ ਦੀ ਲਈ ਹੈ, ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿਸੇ ਬੰਦਾ ਵੀ ਹੰਨੀ। ਅੱਜ ਹਰ ਕਿਸੇ ਕੋਲ ਮੋਬਾਈਲ ਹੈ ਜੀ, ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖਿੱਚ ਸਕਦਾ ਜੀ,
ਹਰ ਕਿਸੇ ਨੂੰ ਪਤਾ ਲੱਗ ਜਾਂਦਾ। ਇਹਨਾਂ ਜਾਣ ਕੇ ਪਤਾ ਨਹੀਂ ਕਿਹਦਾ ਕਹਿੰਦੇ ਨਿਸ਼ਾਨ ਦੀ ਲੈਣ ਵਾਸਤੇ, ਪਿੱਛੇ ਇੱਕ ਸਾਈਡ ਸਾਡੇ ਠਾਕਰ ਜੀ ਹੈ ਜਿਹਨਾਂ ਠਾਕਰ ਜੀ ਹੈ ਜਿਹਨਾਂ ਜ਼ਮੀਨ ਹੈ, ਇੱਕ ਸਾਈਡ 'ਚ ਮਹੰਤ ਜੀ ਹੈ ਉਹਨਾਂ ਜ਼ਮੀਨ, ਪਿਛਲੇ ਸਾਈਡ ਵੀ ਮਹੰਤ ਲੱਗਦੇ ਆ, ਕਿਸੇ ਦੇ ਸੈਨ ਨਹੀਂ ਹੈ। ਕਹਿੰਦੇ ਆਪਾਂ ਨਿਸ਼ਾਨ ਦੀ ਲੈ ਕੇ ਚੱਲ ਗਏ। ਇੱਕ ਤਾਂ ਇਹ ਸਾਨੂੰ ਫਰੋਡ ਧੋਖੇ ਵਿੱਚ ਰੱਖ ਰਹੇ ਆ, ਹੁਣ ਸਾਨੂੰ ਯਕਦਮ ਅਟੈਕ ਕਰ ਰਿਹਾ ਕਿ ਅਸੀਂ ਢਾਣਾ। ਅਸੀਂ ਕਿਹਾ ਸਾਨੂੰ ਕੁਝ ਟਾਈਮ ਦਾ ਮੌਕਾ ਦਿਓ, ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੂੜਾਦਾਨ ਨਹੀਂ ਬਣਨਾ ਚਾਹੀਦਾ। ਬਸ ਸਾਡੀ ਇਹੀ ਦਰਖਾਸਤ ਹੈ, ਅਸੀਂ ਇਹਦੇ ਸਵੇਰ ਦੇ ਅਸੀਂ ਰਿਕੁਐਸਟ ਕਰਦੇ ਪਏ ਹਾਂ। ਬਾਕੀ ਇਹਨਾਂ ਦੀ ਇੱਛਾ ਜੀ ਜੋ ਹੈਗੀ।